ਆਵਾਜ਼ ਊਜ ਆਊਗੀ ਪ੍ਰੀਤ ਵਿੱਚ ਟਰੈਕਟਰ ਦੀ, ਮਾੜਾ ਜਿਹਾ ਕਵਰ ਕਰ ਲਈ ਜਾਂਗੋ ਉਸ ਹਿਸਾਬ ਨਾਲ, ਆ ਬੋਰ ਹੋਈ ਜਾਂਦਾ ਯਾਰ। ਮੈਂ ਬਰਮੇ ਵਾਲਾ ਬੋਰ ਸੁਣਿਆ ਬਹੁਤ ਸੀਗਾ, ਮੈਂ ਅਸ ਪਰਸਨਲੀ ਐਕਸਪੀਰੀਅੰਸ ਮੇਰਾ ਨੇੜਿਓਂ ਜਾ ਕੇ ਅੱਜ ਆ, ਠੀਕ ਹੈ ਜੀ। ਮੈਂ ਅੱਜ ਦੇਖ ਰਿਹਾ ਇਹਨੂੰ ਕਿਵੇਂ ਵਿਧੀ ਵਿਧਾਨ, ਮੈਂ ਪਹਿਲਾਂ ਸਮਝ ਕੇ ਹਟਿਆ ਹਾਂਜੀ ਵੀ ਕਿਵੇਂ ਕੰਮ ਕਰਦਾ। ਕਿੰਨੇ ਦਿਨਾਂ 'ਚ ਕਰ ਦੂਗਾ ਬਾਈ ਬੋਰ ਇਹ 700-800 ਫੁੱਟ? ਇਹ ਬਾਈ ਜੀ ਜੇ ਮਾਲਕ ਦੀ ਕਿਰਪਾ ਰਹੇ, ਠੀਕ ਹੈ, ਸਹੀ ਚੱਲੀ ਜਾਵੇ ਮਸ਼ੀਨ, ਚਾਰ ਕੁ ਦਿਨਾਂ 'ਚ ਸਾਰਾ ਬੋਰ ਲੰਘਾ ਦਿੰਦੇ। ਦਿਨ ਰਾਤ ਰੁਕਦੀ ਨਹੀਂ ਹੈਗੀ ਮਸ਼ੀਨ, ਸਟਾਫ ਇਹਨਾਂ ਦਾ ਜਿਹੜਾ ਚੇਂਜ ਹੋਈ ਜਾਂਦਾ ਹੈਗਾ, ਦਿਨ ਦਾ ਅੱਡ ਹੈ ਰਾਤ ਦਾ ਅੱਡ ਹੈਗਾ। ਅੱਗੇ ਹੁੰਦਾ ਪੜੋਲੀਆਂ ਵਾਲਾ, ਹਨਾ, ਹਾਂਜੀ ਹਾਂਜੀ, ਉਹ 300-400 ਫੁੱਟ ਤੱਕ ਕਾਮਯਾਬ ਸੀ, ਪਰ ਲੱਗ ਵੀ 15-15 ਦਿਨ ਜਾਂਦੇ। ਹਾਂ ਯਾਰ, ਜਿਵੇਂ ਆਹ ਪਾਣੀ ਆ, ਇਹ ਬਰਮੇ ਨੂੰ ਚਲਾਉਂਦਾ ਹਨਾ, ਵੀ ਸੁੱਕਾ ਨਹੀਂ ਬਰਮਾ ਚੱਲਣਾ ਚਾਹੀਦਾ, ਇਧਰੋਂ ਆਹ ਪਾਣੀ ਵਿੱਚ ਜਾਈ ਜਾਂਦਾ, ਹਾਂਜੀ, ਆ ਇਧਰੋਂ ਖਾਲ ਨਾਲ, ਉਹ ਖਿੱਚਦਾ ਕਾਹਦੇ ਨਾਲ, ਉਹ ਪੱਖਾ ਖਿੱਚਦਾ ਇਹਨਾਂ ਦਾ? ਹਾਂਜੀ ਹਾਂਜੀ, ਥੱਲੇ ਪੱਖਾ ਹੀ ਹੈ, ਸਿਰੇ ਤੱਕ ਰਾੜਾਂ ਪਈਆਂ ਹੋਈਆਂ ਨੇ, ਜਿਵੇਂ ਦਿਖਾ ਦਿਓ ਤੁਸੀਂ, ਆ ਪੈਪ ਨੇ ਗੇ, ਇਹਨਾਂ ਦੇ ਵਿੱਚ ਦੀ ਪਾਣੀ ਮਿੱਟੀ ਮਿਕਸ ਹੋ ਕੇ, ਠੀਕ ਹੈ, ਉੱਪਰ ਆ ਰਹੀ ਹੈਗੀ, ਉਹ ਬਾਹਰ ਡਿੱਗ ਰਿਹਾ ਪਾਣੀ। ਇਹ ਸਾਰਾ ਵੱਡਾ ਟੋਆ ਬਣਾਇਆ ਹੋਇਆ ਹੈਗਾ, ਵੱਡੇ ਟੋਏ ਦੇ ਵਿੱਚ ਨਿੱਤਰ ਕੇ ਰੇਤਾ ਥੱਲੇ ਰਹਿ ਜਾਂਦਾ ਹੈਗਾ, ਜਿਹੜਾ ਸਾਫ਼ ਪਾਣੀ ਹੈ ਦੁਬਾਰੋਂ ਨੀਚੇ ਜਾ ਕੇ, ਠੀਕ ਹੈ, ਮਤਲਬ ਕਿ ਇਹ ਇੱਕ ਤਰ੍ਹਾਂ ਸਪਲਾਈ ਦੇ ਰਿਹਾ ਇਹ ਪਾਣੀ, ਥੱਲੋਂ ਮਿੱਟੀ ਚੱਕਦਾ ਅਤੇ ਬਾਹਰੇ ਆ ਜਾਂਦੀ ਹੈ। ਹੁਣ ਵੱਡਾ ਟੋਆ ਇਸ ਕਰਕੇ ਵੀ ਉੱਧਰ ਸਾਈਡ 'ਤੇ ਟਿਕ ਜਾਂਦਾ ਰੇਤਾ, ਰੇਤਾ ਦਾ ਹੁਣ ਘੁਲਕੇ ਆਉਣ ਤੋਂ ਰਿਹਾ, ਰੇਤਾ ਉੱਥੇ ਬੈਠ ਗਿਆ ਅਤੇ ਆ ਨਿੱਤਰ ਕੇ ਆ ਜਾਂਦਾ, ਜਦੋਂ ਘੱਟ ਜਾਂਦਾ ਪਾਣੀ ਇਹ 'ਚ ਪਾ ਦਿੰਦੇ ਹਾਂ। ਹਾਂਜੀ, ਉੱਧਰੋਂ ਟੀਪ ਲੱਗੀ ਹੋਈ ਆ, ਤੁਸੀਂ ਦੂਜੇ ਬੋਰ ਤੋਂ ਦੇਖ ਲਓ, ਜਿਵੇਂ 15-20 ਮਿੰਟਾਂ ਬਾਅਦ ਵਾਰ ਵਾਰ, ਠੀਕ ਹੈ, ਮੋਟਰ ਚਲਾਉਣੀ ਪੈਂਦੀ ਹੈ, ਕਿਉਂ ਜੇ ਇਹ 'ਚ ਪਾਣੀ ਘੱਟ ਗਿਆ, ਠੀਕ ਹੈ, ਰੇਤੇ ਨੇ ਥੱਲੇ ਬਰਮਾ ਫੜ ਲੈਣਾ, ਬਰਮੇ ਦੀ ਕੰਮ ਹੈ ਸਾਰਾ ਹੀ। ਅਤੇ ਬਾਈ ਕਿੰਨੇ ਫੁੱਟ 'ਤੇ ਜਾਵੜੂਗਾ ਅੱਜ ਮਾਲਕ ਦੀ ਕਿਰਪਾ ਸਿਰੇ ਲੱਗ ਜੂ? ਹਾਂਜੀ, ਅੱਜ ਲਵੇ ਲੱਗ ਜੂਗਾ ਜੀ, ਇਹ 550 'ਤੇ ਸੀਗਾ ਸਵੇਰੇ, 50 ਫੁੱਟ ਹੋਰ ਲੰਘਾ ਤਾਂ ਹੋਊਗਾ। ਇਹ ਆਪਾਂ ਨੇ 750-700 ਤੱਕ ਲੈ ਕੇ ਜਾਣਾ ਹੈ, ਜਿਹੜੇ ਆਪਣੇ ਉਰੇ ਬਾਕੀ ਬੋਰ ਲੱਗੇ ਹੋਏ ਨੇ। ਆਹ ਆਹ ਮਾਲ ਕਿਹੜਾ ਪਾਉਣ ਲੱਗਿਆ? ਆਹ ਆਹ ਸਿਮੈਂਟਡ? ਹਾਂਜੀ, ਇਹ ਸਿਮੈਂਟਡ ਹੋਇਆ ਜੀ ਇਹ। ਇਹ ਮਤਲਬ ਤੁਹਾਡੇ ਇੱਧਰ ਉਹ ਨਹੀਂ ਪਾਉਂਦੇ ਦੂਜਾ? ਨਹੀਂ, ਉਹ ਬਾਲਾ ਮਹਿੰਗਾ ਪੈ ਜਾਂਦਾ ਹੈਗਾ, ਫਿਰ ਤੁਹਾਨੂੰ ਪਤਾ ਹੈਗਾ ਆਮ ਬੋਰ ਲਾਉਂਦੇ ਨੇ 400-500, ਇਹ ਹੁਣ 700 ਫੁੱਟ ਤੇ ਜਾਣਾ ਹੈਗਾ, ਠੀਕ ਹੈ, ਦੁੱਗਣਾ ਰੇਟ ਦਾ ਫਰਕ ਪੈ ਜਾਂਦਾ। ਨਹੀਂ, ਰੇਟ ਪਿੱਛੇ ਇਹ ਰੇਟ ਪਿੱਛੇ ਮਜ਼ਬੂਤੀ ਵੀ ਜ਼ਿਆਦਾ ਹੀ ਇਹਦੀ, ਇਹਦੀ ਮਜ਼ਬੂਤੀ ਜ਼ਿਆਦਾ। ਹਾਂ, ਤੁਸੀਂ ਇੱਕ ਚੀਜ਼ ਦੇਖੋ ਵੀ ਪਲਾਸਟਿਕ ਦੀ ਕਿੰਨਾ ਕੁ ਹੁੰਦਾ ਹੈਗਾ, ਇੰਨਾ ਕੁ ਹੁੰਦਾ, ਤੁਸੀਂ ਇਹਦੀ ਚੜਾਈ ਦੇਖੋ ਵੀ ਕੰਕਰੀਟ ਦੀ ਕਿੰਨੀ ਹੈਗੀ, ਕੰਕਰੀਟ ਦੇ ਵਿੱਚ ਹੁਣ ਸਰੀਆ ਪਿਆ ਹੋਇਆ, ਤਾਰ ਪਈ ਹੋਈ ਹੈ ਜੀ, ਠੀਕ ਹੈ, ਇਹ ਚੀਜ਼ ਦੀ ਹੁਣ ਮਿੱਟੀ 'ਚ ਜਾ ਕੇ ਮਜ਼ਬੂਤੀ ਪੂਰੀ ਹੁੰਦੀ ਹੈਗੀ। ਇਹ ਇਹ ਉਹਦੇ ਨੂੰ ਸਸਤਾ ਪੈਂਦਾ ਪਲਾਸਟਿਕ ਵਾਲੇ ਨੂੰ? ਸਸਤਾ ਪੈਂਦਾ ਤੇ ਚੱਲਦਾ ਜ਼ਿਆਦਾ ਹੈ ਜੀ, ਪਾਣੀ ਜ਼ਿਆਦਾ ਵਧੀਆ ਬਣਾਉਂਦਾ ਹੈਗਾ। ਅੱਛਾ, ਹਾਂਜੀ, ਤੇ ਇਹਦੀ ਮਤਲਬ ਇਹਦੀ ਜ਼ਿੰਮੇਵਾਰੀ ਕੀ ਰਹਿੰਦੀ ਹੈ ਜੇ ਬੋਰ ਦੀ? ਜਿਵੇਂ ਅਗਲਾ ਆਮ ਬਹੁਤ ਥਾਂ ਤੋਂ ਸੁਣਿਆ ਵੀ ਇੰਨੇ ਸਾਲ ਦੀ ਗਰੰਟੀ ਹੈ, ਇਹਦੀ ਕੀ ਗਰੰਟੀ ਹੈ, ਇਹ ਮਾਲ ਵਾਲਿਆਂ ਨੇ ਕੀ ਮਜ਼ਬੂਤੀ ਦਿੱਤੀ? ਗਰੰਟੀ ਜੀ ਇਹਦੀ ਇੰਨੀ ਕੁ ਹੈ ਵੀ ਜਿੰਨਾ ਚਿਰ ਹੁਣ 700 ਫੁੱਟ ਲਾਤਾ, ਜਿੰਨਾ ਚਿਰ ਪਾਣੀ ਤੱਕ ਨਹੀਂ ਜਾਂਦਾ ਹੈਗਾ ਬੋਰ, ਉਨਾ ਚਿਰ ਇਹਨੂੰ ਕੁਛ ਹੁੰਦਾ ਹੀ ਨਹੀਂ ਹੈਗਾ, ਮਾਲਕ ਦੀ ਕਿਰਪਾ ਨਾਲ ਬੋਰ ਸਹੀ ਚੱਲ ਜੇ। ਹੁਣ ਅਸੀਂ ਪਹਿਲਾਂ ਜਿਹੜੀ ਇਹ ਜਿੱਥੋਂ ਹੁਣ ਲਵਾ ਰਹੇ ਹਾਂ ਅਸੀਂ, ਇਹ ਮਵੀ ਫੈਕਟਰੀ ਆਈ, ਠੀਕ ਹੈ, ਇਹਨਾਂ ਨਾਲ ਸਾਡਾ ਬਹੁਤ ਪੁਰਾਣਾ ਤਾਲੁਕਾ ਸੀਗਾ, ਜਿਵੇਂ ਹੁਣ ਸਾਡੇ ਬਜ਼ੁਰਗ ਸੀਗੇ ਉਹਨਾਂ ਦਾ ਬਜ਼ੁਰਗਾਂ ਨਾਲ ਸੀਗਾ, 2001 ਦੇ ਵਿੱਚ ਇਹ ਸਾਡੇ ਪਹਿਲਾਂ ਬੋਰ ਲਾ ਕੇ ਗਏ ਸੀਗੇ, ਉਸ ਤੋਂ ਬਾਅਦ 'ਚ ਚਲੋ ਇਹਨਾਂ ਦੇ ਬਜ਼ੁਰਗ ਦੀ ਡੈਥ ਹੋ ਗਈ, ਉਸ ਤੋਂ ਬਾਅਦ ਥੋੜ੍ਹਾ ਕੰਟੈਕਟ ਘੱਟ ਗਿਆ ਸਾਡਾ, ਫਿਰ ਅਸੀਂ ਹੋਰ ਮਸ਼ੀਨ ਲੈ ਕੇ ਆਏ, ਆਹ ਬੋਰ ਇੱਕ ਉਹ ਸਾਹਮਣੇ ਦੇਖ ਲਓ ਉੱਥੇ ਮਿੱਟੀ, ਠੀਕ ਹੈ, ਉਹ ਬੋਰ ਖਰਾਬ ਹੋਇਆ ਸਾਡਾ, ਤੇ ਇੱਧਰ ਦੂਜਾ ਬੋਰ ਇੱਧਰ ਖਰਾਬ ਹੋਇਆ, ਪਰ ਉਸ ਤੋਂ ਬਾਅਦ 'ਚ ਅਸੀਂ ਨੇ ਜਿਵੇਂ ਹੁਣ ਪਿੰਡ 'ਚ ਆਲੇ ਦੁਆਲੇ ਹੋਰ ਦੇਖਿਆ, ਠੀਕ ਹੈ, ਜਿਵੇਂ ਆਪਾਂ ਸਰਵੇ ਕਰ ਲੈਂਦੇ ਹਾਂ ਵੀ ਹਾਂ ਇਹ ਚੀਜ਼ ਵੀ ਕੌਣ ਵਧੀਆ ਕਰ ਰਿਹਾ ਹੈਗਾ, ਫਿਰ ਸਾਨੂੰ ਸਾਰਿਆਂ ਨੇ ਇਹੀ ਰਿਕਮੈਂਡ ਕਰਿਆ, ਫਿਰ ਸਾਨੂੰ ਸਾਡੇ ਪਾਪਾ ਜੀ ਨੇ ਵੀ ਦੱਸਿਆ ਵੀ ਹਾਂ ਇਹ ਆਪਣੇ ਪਹਿਲਾਂ ਵੀ ਲੱਗ ਗਏ, ਇਹ ਜਿਹੜੇ ਬਾਪੂ ਉਹਨਾਂ ਦੇ ਪਰਖੇ ਹੋਏ ਬੰਦੇ ਆ, ਸਾਨੂੰ ਉਹੀ ਸਹੀ ਆ। ਹੁਣ ਜਿਹੜੇ ਹੋਰ ਪਿੰਡ 'ਚ ਲੱਗੇ ਹੋਏ ਨੇ ਜੀ ਸਾਡੇ,
ਠੀਕ ਹੈ, ਉਹ ਬਹੁਤ ਵਧੀਆ ਬੋਰ ਚੱਲ ਰਿਹਾ, ਪੂਰਾ ਪਾਣੀ ਹੈਗਾ ਤੇ ਫਿਰ ਤਾਂ ਹੀ ਕਰਕੇ ਅਸੀਂ ਨੇ ਹੁਣ ਇਹਨਾਂ ਨੂੰ ਲੈ ਕੇ ਆਏ ਹਾਂ। ਚਲੋ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਹੀ ਹੋਵੇ ਸਾਡਾ। ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ, ਉਹ ਬਾਪੂ ਉਹਨਾਂ ਦਾ ਕਿਹਾ ਤੋਂ ਮਗਰੋਂ ਪਤਾ ਲੱਗਿਆ ਵੀ ਆਹੀ ਬੰਦੇ ਸਹੀ ਆ। ਇਹ ਫਿਰ ਮਸ਼ੀਨ ਵੀ ਇਦਾਂ ਦਿੰਦੇ ਆ? ਹਾਂ, ਇਹਨਾਂ ਲਈ ਸਾਰਾ ਕੁਝ ਹੈਗਾ ਹੀ, ਆਪਦੀਆਂ ਮਸ਼ੀਨਾਂ ਹੈਗੀਆਂ ਨੇ, ਹੋਰ ਵੀ ਇਹਨਾਂ ਦਾ ਸਿਸਟਮ ਹੁੰਦਾ ਹੈਗਾ ਤੇ ਠੇਕੇ ਦੇ ਮਸ਼ੀਨਾਂ ਹੁੰਦੀਆਂ ਨੇ ਇਹਨਾਂ ਕੋਲ ਆਪਦੀਆਂ ਹੈਗੀਆਂ ਨੇ ਜਿਹੜੀਆਂ ਤੇ ਇਹ ਮਸ਼ੀਨ ਵੀ ਉਹਨਾਂ ਨੇ ਭੇਜਤੀ, ਸਾਰਾ ਕੁਝ ਉਹਨਾਂ ਨੇ ਭੇਜਤਾ, ਗਾਰੰਟੀ ਵੀ ਉਹਨਾਂ ਨੇ ਭੇਜਤੀ। ਹਾਂਜੀ, ਇਹਦੀ ਬਾਈ ਆਹ ਚੌੜਾਈ ਦਾ ਕੀ ਹਿਸਾਬ ਕਿਤਾਬ ਹੁੰਦਾ ਵੀ, ਮਤਲਬ ਇਹ ਕਿੰਨੇ ਇੰਚ ਪੈਪ ਆ? ਇਹ ਨਾ ਜੀ, ਤੁਸੀਂ ਹੋਰ ਫੈਕਟਰੀਆਂ 'ਚ ਜਾਓਗੇ, ਠੀਕ ਹੈ, ਜਿਹੜੇ ਉਹ ਕਹਿਣਗੇ ਵੀ 9 ਇੰਚੀ 10 ਇੰਚੀ ਪੈਪ ਹੈਗਾ, ਉਹ ਠੀਕ ਹੈ ਕਿਨਾਰੀ ਤੋਂ ਕਿਨਾਰੀ ਮਿਣਦੇ ਨੇ, ਠੀਕ ਹੈ, ਇਹ 10 ਇੰਚੀ ਪੈਪ ਵਿੱਚੋਂ ਹੈ। ਅੱਛਾ, ਇਹ ਵੀ ਫਰਕ ਆ, ਮਿਣਤੀ ਦਾ ਫਰਕ ਹੈ, 2 ਇੰਚ ਦਾ ਫਰਕ ਪੈ ਜਾਂਦਾ। ਲੋਕੀ ਬਾਹਰੋਂ ਕਹੀ ਜਾਂਦੇ ਨੇਗੇ ਵੀ ਬਾਹਰੋਂ 10 ਇੰਚੀ ਹੈ, ਇਹ ਅੰਦਰੋਂ 10 ਇੰਚੀ ਹੋਊਗਾ। ਅੰਦਰੋਂ 10 ਇੰਚੀ, 2 ਇੰਚ ਆਪਣੀ ਮੋਟਰ ਨੂੰ ਸਪੇਸ ਮਿਲ ਗਈ, ਸਪੇਸ ਵੱਧ ਮਿਲ ਗਈ। ਹਾਂਜੀ, ਇਹਨੂੰ ਸੋਤਾ ਸਾਤਾ ਮਾਰਨ ਦਾ ਚਾਂਸ ਵੀ ਘੱਟ ਆ, ਹਨਾ ਜਿਹੜਾ। ਹਾਂਜੀ ਹਾਂਜੀ ਹਾਂਜੀ, ਜੇ ਹੁਣ ਪਲਾਸਟਿਕ ਵਾਲਾ ਚਿੱਪ ਜਾਂਦਾ ਸੀਗਾ ਵੀ ਇਹ 'ਚ ਉਹ ਦਿੱਕਤ ਨਹੀਂ ਆਉਂਦੀ ਹੈਗੀ। ਕਹਿਣ ਤੋਂ ਬਾਅਦ ਤੁਹਾਡੇ ਇੱਧਰ ਇੱਧਰਲੇ ਪਾਸੇ ਹਰਿਆਣਾ ਸਾਈਡ? ਹਾਂਜੀ, ਹਰਿਆਣਾ ਹੀ ਇਹ ਸਾਰੀ ਡਾਕਰ ਵਾਹਣ ਨੇ, ਤੁਸੀਂ ਦੇਖ ਲਓ। ਸਾਡੇ ਡੂੰਘਾ ਪਾਣੀ ਲੈਣਾ ਪੈਂਦਾ, ਉੱਪਰਲੇ ਪਾਣੀ ਸਾਡੇ ਖਾਰੇ ਨੇਗੇ, ਤਾਂ ਕਰਕੇ ਨੀਚੋਂ ਪਾਣੀ ਲੈਣਾ ਪੈਂਦਾ, ਮਿੱਠਾ ਪਾਣੀ, ਵਧੀਆ ਪਾਣੀ। ਜੇ ਉੱਪਰਲਾ ਪਾਣੀ ਆਪਾਂ ਫਸਲ ਨੂੰ ਲਾ ਦਾਂਗੇ ਨਾਲ ਦੀ ਨਾਲ ਖਰਾਬ ਆ ਜੀ। ਲਓ ਵੀ ਮਿਲਦੇ ਹਾਂ, ਫੈਕਟਰੀ 'ਚ ਵੀ ਚੱਲਦੇ ਹਾਂ, ਅਸਲ ਦੇ ਫੈਕਟਰੀ 'ਚ ਵੀ ਚੱਲਦੇ ਹਾਂ, ਉੱਥੇ ਵੀ ਵਿਜਿਟ ਕਰਦੇ ਹਾਂ ਕਿ ਜਿਹੜਾ ਇਹਨਾਂ ਦਾ ਗਾਹਕ ਇੰਨੀ ਗਰੰਟੀ ਦੇ ਰਿਹਾ ਤਾਂ ਫੈਕਟਰੀ ਦੇ ਵਿੱਚ ਮਾਲਕ ਕੀ ਗਰੰਟੀ ਦੇ ਰਿਹਾ? ਆ ਜਾਓ ਆਪਾਂ ਫੈਕਟਰੀ 'ਚ ਚੱਲਦੇ। ਲੈ ਵੀ ਸੱਜਣੋ, ਆਪਾਂ ਪਹੁੰਚ ਗਏ ਹਾਂ ਸਰਦਾਰ ਵਾਲਿਆਂ ਦੇ, ਬਾਈ ਜਗਤਾਰ ਆਪਣੇ ਨਾਲ। ਬਾਈ ਜਗਤਾਰ ਆ ਨਾ ਤੁਹਾਡਾ ਨਾਂ ਬਾਈ? ਹਾਂਜੀ ਹਾਂਜੀ ਸਰ ਜੀ। ਬਾਈ, ਤੁਹਾਡੇ ਕਸਟਮਰ ਨੇ ਅਸਲ ਦੇ ਵਿੱਚ ਥੋੜੀ ਤਾਰੀਫ ਬੜੀ ਕੀਤੀ ਆ। ਅੱਛਾ, ਉਹ ਕਹਿੰਦਾ ਯਾਰ ਸਾਡੇ ਦਾਦੇ ਹੁਣੀ ਇਹਨਾਂ ਦੇ ਦਾਦਾ ਜੀ ਹੁਣਾਂ ਨਾਲ ਵਰਤਦੇ ਸੀ, ਠੀਕ ਹੈ ਜੀ, ਤੇ ਅਸੀਂ ਸਗਾਂ ਦੀ ਹਟ ਗਏ ਸੀ ਤੇ ਉਦੋਂ ਬਾਅਦ ਸਾਨੂੰ ਲੋਕਾਂ ਨੇ ਲਾਇਆ ਵੀ ਤੁਹਾਡੇ ਬਾਪੂ ਹੁਣਾਂ ਦੀ ਚੋਇਸ ਸਹੀ ਸੀ, ਠੀਕ ਹੈ ਜੀ। ਇਹ ਇੰਨੇ ਚਿਰ ਦੇ ਕੰਮ ਕਰਦੇ ਤੁਸੀਂ? ਹਾਂਜੀ, 2002 ਚੋਂ ਜੀ। ਅੱਛਾ, 2002 ਇਹ ਉਦੋਂ ਮੁੱਢੋਂ ਆਇਆ ਹੀ ਹੋਊ ਕੰਸੈਪਟ ਫਿਰ? ਉਦੋਂ ਸਰ ਕਿਸੇ ਕੋਲ ਨੌਲੇਜ ਨਹੀਂ ਸੀ ਜਦੋਂ ਇਹ ਚਲਾਇਆ ਸੀ ਜੀ, ਤੰਨਾ ਸਿੰਘ ਧਨੇਠਾ ਨੇ ਤੇ ਪਿਆਰਾ ਸਿੰਘ ਨੇ, ਮਬੀ ਨੇ ਜੀ, ਉਦੋਂ ਨੌਲੇਜ ਨਹੀਂ ਸੀ ਕਿਸੇ ਕੋਲ ਜੀ। ਅੱਛਾ, ਹਾਂਜੀ। ਇਹ ਹੁਣ ਇਕੱਲੇ ਪੈਪ ਆਪਣੇ ਕੋਲ ਬੋਰਾਂ ਵਾਲੇ ਹੀ ਬਣਦੇ ਆ ਕਿ ਦੂਜੀਆਂ ਪੁਲੀਆਂ ਵੀ ਬਣਦੀਆਂ? ਸਰ ਅੰਡਰਗਰਾਊਂਡ ਵਾਸਤੇ ਵੀ ਦੇ ਦਿੰਦੇ, ਪਰ ਜ਼ਿਆਦਾ ਮੈਨੇਜਮੈਂਟ ਆਪਾਂ ਬੋਰ ਦੀ ਸਾਂਭਦੇ ਹਾਂ ਜੀ, ਪਹਿਲ ਦੇ ਆਧਾਰ 'ਤੇ ਬੋਰ ਨੂੰ ਦਿੱਤੀ ਜਾਂਦੀ ਹੈ ਜੀ, ਇਹ ਬੋਰ ਦਾ ਹੀ ਕਰਦੇ ਆ ਜ਼ਿਆਦਾ। ਹਾਂਜੀ ਹਾਂਜੀ ਬਾਈ, ਬੋਰ ਦੀ ਕੀ ਜ਼ਿੰਮੇਵਾਰੀ, ਕਿੰਨੇ ਕਿੰਨੇ ਇੰਚ ਵਾਲਾ ਬਣਦਾ ਪਹਿਲਾਂ ਤਾਂ ਮੈਨੂੰ ਦੱਸੋ, ਇੰਚ ਕਿੰਨੇ ਕਿੰਨੇ ਵਾਲਾ? ਸਰ ਜਿਵੇਂ ਅੰਦਰੋਂ 9 ਇੰਚੀ ਜੀ, ਜੀ ਬਾਹਰੋਂ 11 ਜੀ, ਇੱਕ ਅੰਦਰੋਂ 10 ਆ ਬਾਹਰੋਂ 12 ਜੀ, ਇੱਕ ਡਬਲ ਕਲਰ ਆ ਜੀ ਆਪਣੇ ਕੋਲ, ਪੰਜਾਬ 'ਚ ਕੋਈ ਫੈਕਟਰੀ ਨਹੀਂ ਹੈਗੀ ਡਬਲ ਕਲਰ ਦੀ, ਇੱਕ ਹਰਿਆਣੇ 'ਚ ਛੱਡ ਕੇ ਜੀ, ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਜੀ, ਦੋ ਸਟੇਟਾਂ 'ਚ ਦੋਵੇਂ ਫੈਕਟਰੀਆਂ ਨੇ ਜੀ। ਬਾਈ, ਜ਼ਿੰਮੇਵਾਰੀ ਕੀ, ਬੋਰ ਦੇ ਵਿੱਚ ਮਾਲ ਪਵਾਤਾ, ਉਦੋਂ ਬਾਅਦ ਜ਼ਿੰਮੇਵਾਰੀ ਘੇਰ ਪੈਣ ਲੱਗ ਜੇ ਕੋਈ ਗੱਲਬਾਤ ਹੋ ਜੇ? ਜਿੰਨੀ ਵੀ ਮੰਨ ਲਓ ਸਾਰੀ ਜ਼ਿੰਮੇਵਾਰੀ ਆ ਜੀ, ਕਿਸੇ ਵੀ ਤਰ੍ਹਾਂ ਦਾ ਕੋਈ ਹੁੰਦਾ ਸੀ ਜ਼ਿਮੀਂਦਾਰ ਆ ਜੀ, ਆਪਾਂ ਤਾਂ ਜ਼ਿੰਮੀਦਾਰ ਨਾਲ ਪਹਿਲੀ ਖੜਦੇ, ਜ਼ਿੰਮੀਦਾਰ ਤਾਂ ਪਹਿਲੀ ਫਸੇ ਹੋਏ ਨੇ ਜੀ, ਮੰਨ ਲਓ ਨਾ ਬੋਰ ਟੁੱਟ ਗਿਆ ਕਿਸੇ ਦਾ, ਮੰਨ ਲਓ ਪਹਿਲਾਂ ਮਾੜਾ ਮਟੀਰੀਅਲ ਨਾ ਬਣਾਓ ਜੀ, ਫਿਰ ਜਦੋਂ ਆਪਾਂ ਮਾੜਾ ਮਟੀਰੀਅਲ ਬਣਾ ਦੇਣਾ ਜੀ ਫਿਰ ਉਹ ਟੁੱਟਦੇ ਨੇ ਜੀ। ਆਪਣਾ ਮੰਨ ਲਓ ਹੁਣ 3 ਸਾਲਾਂ ਤੋਂ ਅਸੀਂ ਸਾਂਭ ਰਹੇ ਜੀ, 3 ਸਾਲਾਂ ਤੋਂ ਇੱਕ ਵੀ ਬੋਰ ਨਹੀਂ ਖਰਾਬ ਹੋਇਆ ਜੀ ਆਪਣਾ, ਲਿਖਤੀ ਤੌਰ 'ਤੇ ਦੇ ਸਕਦੇ ਜੀ, ਕੋਈ ਵੀ ਬੰਦਾ ਚੈਲੰਜ ਕਰ ਜੇ ਵੀ 3 ਸਾਲਾਂ 'ਚ ਇਹਨਾਂ ਦਾ ਬੋਰ ਖਰਾਬ ਹੋਇਆ। ਠੀਕ ਆ, 21 ਸਾਲ ਤੋਂ ਪਹਿਲਾਂ ਬਜ਼ੁਰਗਾਂ ਦਾ ਰਿਕਾਰਡ ਆ ਜੀ, ਹੁਣ ਸਾਡਾ ਰਿਕਾਰਡ ਆ ਜੀ, ਕੋਈ ਨਹੀਂ ਪੈਪ ਮੰਨ ਲਓ ਜਦੋਂ ਆਪਾਂ ਮਾੜਾ ਮਟੀਰੀਅਲ ਦਿੰਦੇ ਨਹੀਂ ਉਦੋਂ ਟੁੱਟ ਜਾਂਦਾ ਜੀ ਬੋਰ। ਇਹ ਜਿਹੜਾ ਫਿਲਟਰ ਪਾਉਂਦੇ ਆ, ਫਿਲਟਰ ਵੀ ਇਹ ਇਸੇ ਦਾ ਹੀ ਬਣ ਜਾਂਦਾ? ਹਾਂ ਜੀ, ਫਿਲਟਰ 'ਚ ਚੀਰੀ ਬਣ ਕੇ ਹੀ ਬਣ ਜਾਂਦਾ ਜੀ। ਅੱਛਾ, ਆਹ ਉਹਦੇ ਨਾਲ ਪਾ ਦਿੰਦੇ ਆ ਝਿਰੀਆਂ? ਹਾਂ ਜੀ, ਉਹ ਪਲਾਸਟਿਕ ਦੀ ਮੰਨ ਲਓ ਸਾਈਜ਼ ਬਣਾਇਆ ਹੁੰਦਾ ਜੀ, ਜਿਵੇਂ ਆਹ ਸੇਜ ਆਹ ਪਾ ਦਿੰਦੇ ਆ ਵਿੱਚ, ਇਹ ਵਿੱਚ ਬਣ ਜਾਂਦਾ ਜੀ, ਫਿਰ ਵਿੱਚ ਬਣ ਕੇ ਘੁੰਮਦਾ ਜੀ। ਅੱਛਾ, ਇਹ ਫਿਲਟਰ ਵੀ ਇਸੇ ਦੇ ਬਣ ਜਾਂਦੇ ਆ? ਉਹ ਗੋਲ ਫਿਲਟਰ ਵੀ ਬਣਾਏ ਪਏ? ਹਾਂ, ਗੋਲ, ਉਹ ਡਬਲ ਕਲਰ ਦੇ ਨਹੀਂ ਜਿਹੜੀ ਤੁਹਾਨੂੰ ਗੱਲ ਕਰੀ ਸੀ ਜੀ। ਹਾਂ,
ਵੀ ਪੰਜਾਬ ਦੇ ਵਿੱਚ ਇੱਕ ਪਹਿਲੀ ਫੈਕਟਰੀ ਆ ਜਾਂ ਫਿਰ ਹਰਿਆਣੇ 'ਚ ਇੱਕ ਫੈਕਟਰੀ ਜੀ? ਡਬਲ ਕਾਲਰ ਦਾ ਕੀ ਹਿਸਾਬ? ਉਹਦਾ ਸਰ ਜਿਵੇਂ ਹਰਿਆਣੇ ਦੇ ਵਿੱਚ ਜਾਂ ਕਿਸੇ ਸਟੇਟ 'ਚ ਪਾਉਣਾ ਪਾਣੀ ਮਾੜਾ ਆ ਜਾਂਦਾ ਉੱਪਰਲਾ, ਉਹ ਕਹਿੰਦੇ ਪਾਣੀ ਨਹੀਂ ਸਾਡਾ ਰਲਣਾ ਚਾਹੀਦਾ, ਇਹ ਪਾਣੀ ਨਹੀਂ ਰਲਣ ਦਿੰਦਾ ਜੀ, ਡਬਲ ਕਾਲਰ ਹੋ ਜਾਂਦਾ ਜੀ। ਅੱਛਾ, ਇਹ ਫਿਰ ਜਿੱਥੋਂ ਚੱਕੂਗਾ ਉੱਥੋਂ ਹੀ ਚੱਕੂਗਾ? ਉੱਥੋਂ ਐਵੇਂ ਲੋਕ ਵਾਂਗੂ ਫਸ ਜੂਗਾ ਜੀ। ਇਹਦੇ ਉੱਪਰ ਪਾਣੀ ਦਾ ਗਲਾਸ ਪਾ ਕੇ ਦੇਖ ਲਓ, ਮੈਂ ਕੋਲਰ ਪਾ ਕੇ ਜੀ, ਪਾਣੀ ਨਹੀਂ ਵਿੱਚ ਪਊਗਾ ਜੀ। ਡਬਲ ਜਿਵੇਂ ਉੱਪਰਲਾ 200 ਵਾਲਾ ਮਾੜਾ ਪਾਣੀ ਆ ਜੀ, ਉਹ ਨਹੀਂ ਵਿੱਚ ਰਲੂਗਾ ਜੀ, ਹੇਠਲੀ ਪਾਣੀ 'ਚ ਰਲੂਗਾ ਜੀ। ਅੱਛਾ, ਆਹ ਜਿਹੜਾ ਡਬਲ ਕਾਲਰ, ਡਬਲ ਕਾਲਰ ਆ ਜੀ, ਮਤਲਬ ਜੇ ਉੱਪਰਲਾ ਪਾਣੀ ਨਹੀਂ ਰਲਣ ਦੇਣਾ ਤਾਂ ਇਹ ਰਲਣ ਨਹੀਂ ਦੇਊਗਾ? ਇਹ ਰਲਣ ਨਹੀਂ, ਇਹ ਸਾਰੇ ਪਾਈਪਾਂ 'ਚ ਡਬਲ ਕਾਲਰ, ਡਬਲ ਕਾਲਰ ਜੀ, ਡਬਲ ਕਾਲਰ ਹੋਊਗਾ। ਰੇਟ ਦਾ ਕਿੰਨਾ ਕੁ ਫਰਕ ਆ ਬਾਈ? ਰੇਟ ਦਾ ਸਰ ਇਹਦਾ 50 ਰੁਪਏ ਫੁੱਟ ਮਗਰ ਫਰਕ ਪੈਂਦਾ ਜੀ ਡਬਲ ਕਾਲਰ ਦਾ। ਬਾਈ ਡਿਲੀਵਰੀ ਕਿੱਥੋਂ ਕੁ ਤੱਕ ਪਹੁੰਚਦੀ ਕਰ ਦਿੰਦੇ ਆ? ਜੇ ਮੰਨ ਲਓ ਕਿਸੇ ਬੰਦੇ ਨੇ ਕਹਿਤਾ, ਜਿੱਥੇ ਮਰਜ਼ੀ ਕਰਾ ਲਓ ਜੀ, ਮੰਨ ਲਓ ਸਾਰੇ ਪੰਜਾਬ 'ਚ, ਰਾਜਸਥਾਨ 'ਚ, ਹਰਿਆਣੇ ਤੱਕ ਜੀ, ਕੋਈ ਦਿੱਕਤ ਹੀ ਨਹੀਂ ਸਰ। ਜੇ ਰਾਜ ਟੁੱਟ ਗਿਆ ਪੈਪ? ਰਾਜ ਟੁੱਟ ਗਿਆ ਜ਼ਿੰਮੇਵਾਰੀ, ਪਹਿਲੀ ਗੱਲ ਸਾਡੇ ਡਰਾਈਵਰ ਵਧੀਆ ਨੇ, ਟੁੱਟਣੇ ਨਹੀਂ ਦਿੰਦੇ ਜੀ। ਹਾਂ, ਸਾਡੇ ਕੋਲ ਆ ਦੇਖੋ ਤੁਸੀਂ ਫੈਕਟਰੀ ਨਹੀਂ ਗਾ, ਮੰਨ ਲਓ ਸਾਰਾ ਮਾਲ ਵਿਕ ਗਿਆ ਜੀ, ਲੋਕਾਂ ਕੋਲ ਫੈਕਟਰੀ 'ਚ ਮਾਲ ਨਹੀਂ ਵਿਕਦਾ, ਇਕੱਠਾ ਹੋ ਜਾਂਦਾ ਸਟਾਕ ਜੀ, ਮਾੜਾ ਹੁੰਦਾ। ਸਾਡੇ ਕੋਲ ਕੋਈ ਵੀ ਪੈਪ ਆ ਜੇ ਜ਼ਿੰਮੀਦਾਰ ਤੋਂ ਟੁੱਟ ਵੀ ਜਾਵੇ ਲਾਉਂਦੇ ਹੋਏ, ਅਸੀਂ ਉਹ ਪੈਪ ਨਹੀਂ ਪਾਉਂਦੇ ਜੀ ਦੁਬਾਰੇ, ਬੇਸ਼ੱਕ ਸਾਨੂੰ ਨਵਾਂ ਭੇਜਣਾ ਕਿਉਂ ਨਾ ਪੈ ਜੇ ਮੌਕੇ 'ਤੇ। ਠੀਕ ਆ, ਨੁਕਸਾਨ ਨਹੀਂ ਕਰਨ ਦੇਣਾ ਸਰ। ਅਤੇ ਜੇ ਬੋਰ ਵਾਲੀ ਮਸ਼ੀਨ ਵੀ ਚਾਹੀਦੀ ਹੁੰਦੀ, ਉਹ ਬੰਦਾ ਤਾਂ ਕਹਿੰਦਾ ਬੋਰ ਵਾਲੀ ਮਸ਼ੀਨ ਵੀ ਭੇਜ ਦਿੰਦੇ ਆ? ਬੋਰ ਵਾਲੀਆਂ ਮਸ਼ੀਨਾਂ ਸਰ ਆਪਣੀਆਂ ਨੇ ਜੀ, ਬਾਕੀ ਠੇਕੇ 'ਤੇ ਲੈ ਲੈਣੇ ਜੀ ਫੁੱਟਾਂ 'ਚ, ਉਹ ਚੱਲਦੀਆਂ ਰਹਿੰਦੀਆਂ ਨੇ ਸਾਲ ਦਾ ਸਾਲ, ਸੀਜ਼ਨ ਕਰ ਲੈਂਦੇ ਉੱਕਾ ਬੁੱਕਾ ਆਪਾਂ। ਮਤਲਬ ਪੂਰਾ ਪੂਰੇ ਦਾ ਪੂਰਾ ਹੀ ਕਰ ਲੈਂਦੇ ਆ? ਪੂਰੇ ਦਾ ਪੂਰਾ ਜੀ, ਉੱਕਾ ਬੁੱਕਾ ਕਰ ਲਈ, ਭਾਵੇਂ ਕੋਈ ਪੈਪ ਇਕੱਲੇ ਲੈ ਜਾਏ, ਆਪਾਂ ਸਾਰੇ ਪਾਸੇ ਜ਼ਿੰਮੀਦਾਰ ਨਾਲ ਆ ਜੀ। ਜੇ ਅਗਲਾ ਚਾਹੇ ਜਿਵੇਂ ਕਰ ਲਏ? ਹਾਂਜੀ, ਜਿਵੇਂ ਚਾਹੇ ਜੀ। ਜੇ ਕਿਸੇ ਨੇ ਆਉਣਾ ਹੋਵੇ, ਐਡਰੈਸ ਕੀ ਆਪਣਾ? ਐਡਰੈਸ ਸਰ ਜਿਵੇਂ ਸਮਾਣੇ ਤੋਂ ਮਵੀ ਪਾਤਰਾ ਰੋਡ ਵੱਜਦਾ ਜੀ, ਮਵੀ ਕਲਾ ਪਿੰਡ ਆਉਂਦਾ ਜੀ। ਜੇ ਪਾਤਰਾ ਤੋਂ ਆਉਣਾ ਸਮਾਣਾ ਰੋਡ ਵੱਜਦਾ ਜੀ, ਫਿਰ ਮਵੀ ਕਲਾ ਪਿੰਡ ਆਉਂਦਾ ਜੀ। ਅਤੇ ਨੰਬਰ ਸਕਰੀਨ 'ਤੇ ਦਰਸ਼ਕਾਂ ਨੂੰ ਦੱਸੀ ਜਾਂਦਾ ਵੀ ਜੇ ਕਿਸੇ ਨੇ ਸਿੱਧਾ ਡਾਇਰੈਕਟ ਫੋਨ ਕਰਕੇ ਇਹ ਕਹਿਣਾ ਕਿ ਬਾਈ ਸਾਡੇ ਖੇਤ ਬੋਰ ਪਵਾ ਦੇ ਅਤੇ ਸਮਾਨ ਪਵਾ ਦੇ, ਹਾਂਜੀ, ਤਾਂ ਜ਼ਿੰਮੇਵਾਰੀ ਤੁਹਾਡੀ? ਜ਼ਿੰਮੇਵਾਰੀ ਸਾਡੀ ਆ ਜੀ, ਚਲਾ ਕੇ 6 ਮਹੀਨੇ ਸਾਲ ਚਲਾਵੇ ਜੀ, ਐਵੇਂ ਤਾਂ ਦੇਖੋ ਪਰਮਾਤਮਾ ਦੀ ਕਰੋਪੀ ਹੁੰਦੀ ਆ ਜੀ, ਕੋਈ ਹੜ ਉੜਾ ਜਾਊਗਾ ਲੱਜੂ ਦਾ ਜੀ, ਉਹ ਅਸੀਂ ਜ਼ਿੰਮੀਦਾਰ ਦੇ ਪੱਖ 'ਚ ਹਾਂ ਜੀ। ਕੋਈ ਧਰਮ ਸਥਾਨ ਦਾ ਬੋਰ ਆ ਜੀ, ਉਹ ਤਾਂ ਅਸੀਂ ਇਕੱਲੀ ਲੇਬਰ ਮੰਨ ਲਾ ਜਿੰਨਾ ਮਟੀਰੀਅਲ ਲੱਗਿਆ, ਲੋਪੋ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦੇ, ਕੋਈ ਵੀ ਬੰਦਾ ਧਰਮ ਸਥਾਨ ਦੇ ਨਾਂ 'ਤੇ ਸਹੀ ਗੁਰਦੁਆਰੇ ਦੀ ਚਿੱਟ ਲਿਆ ਦੇ ਜਾਂ ਕੋਈ ਪੀਰ ਪੈਗੰਬਰ ਦੀ ਚਿੱਟ ਲਿਆ ਦੇ, ਜਿੰਨਾ ਮਟੀਰੀਅਲ ਦਾ ਖਰਚਾ ਹੋਊਗਾ ਉਨੀ ਲਵਾਂਗੇ ਫ੍ਰੀ ਬੋਰ ਦਾ ਮਾਲ ਭੇਜ। ਇਕੱਲਾ ਲਾਗਤ, ਲਾਗਤ, ਹਾਂ ਲਾਗਤ, ਲਾਗਤ, ਇਕੱਲੀ ਲਾਗਤ, ਜਮੀ ਜੈਨੂਅਨ ਲਾਗਤ ਲਵਾਂਗੇ ਜੀ, ਉਹਦੇ ਵਿੱਚ ਕਿਰਾਇਆ ਵੀ ਫ੍ਰੀ ਕਰ ਦਾਂਗੇ। ਮੰਨ ਲਓ ਕੋਈ ਬੰਦਾ ਧਰਮ ਸਥਾਨ ਦਾ, ਗੁਰੂ ਘਰ ਦਾ, ਕੋਈ ਪੀਰ ਦਾ, ਕੋਈ ਤੇ ਵੀ ਆ ਖਵਾਜੇ ਦਾ, ਕੋਈ ਕਿਸੇ ਦਾ, ਮੰਨ ਲਓ ਧਰਮ ਪਿੰਡ ਦੇ ਵਿੱਚ ਕੋਈ ਕੰਮ ਅੜ ਗਿਆ, ਉੱਥੇ ਫ੍ਰੀ ਲੈ ਸਕਦਾ ਜੀ, ਮੰਨ ਲਓ ਲਾਗਤ, ਲਾਗਤ ਦੇ ਦੇ ਉੱਥੇ ਸਾਂਝੇ ਕੰਮ 'ਤੇ? ਹਾਂਜੀ, ਹਾਂ, 5-10 ਹਜ਼ਾਰ ਰੁਪਏ ਲਾਗਤ, ਹਾਂ ਲਾਗਤ, ਲਾਗਤ ਆ। ਅਤੇ ਉੱਦਾਂ ਮਤਲਬ ਕਹਿਣ ਤੋਂ ਭਾਵ ਵੀ ਉਹ ਤਾਂ ਫਿਰ ਕਮਾਉਣੇ ਆ ਗਾ? ਹਾਂ ਦੇਖੋ ਜੀ, ਕਮਾਈ ਵਾਸਤੇ ਤਾਂ ਹੁਣ ਆਪਾਂ ਬੱਚੇ ਵੀ ਨੇ, ਖਰਚੇ ਨੇ ਜੀ, ਮੈਨੇਜਮੈਂਟ ਦੇ ਡਰਾਈਵਰ ਰੱਖੇ ਹੋਏ, ਟਰੈਕਟਰ ਨੇ ਜੀ, ਮਸ਼ੀਨਾਂ ਨੇ ਜੀ। ਨਹੀਂ ਨਹੀਂ ਸਹੀ ਹੈ ਬਾਈ, ਸਹੀ ਹੈ, ਦਾਨ ਵਾਲੇ ਥਾਂ ਦਾਨ ਆ, ਕਮਾਈ ਵਾਲੇ ਥਾਂ ਕਮਾਈ ਹੋਈ ਆ। ਅਤੇ ਲੈ ਵੀ ਸੱਜਣੋ, ਜੇ ਕਿਸੇ ਵੀ ਸੱਜਣ ਨੇ ਪੈਪ ਲੈਣੇ ਆ, ਚਾਹੇ ਬਾਈ ਹੋਣਾ ਤੋਂ ਬੋਰ ਕਰਵਾਉਣਾ, ਸਾਰਾ ਉੱਕਾ ਪੁੱਕਾ ਠੇਕਾ ਕਰਨਾ, ਤੁਸੀਂ ਉੱਕਾ ਪੁੱਕਾ ਵੀ ਕਰ ਸਕਦੇ ਹਾਂ। ਜੇ ਇਕੱਲੇ ਪੈਪ ਲੈਣੇ ਆ, ਇਕੱਲੇ ਪੈਪ ਵੀ ਲੈ ਸਕਦੇ ਹਾਂ। ਤੁਸੀਂ ਆਪਦੇ ਖੇਤ 'ਚ ਮੰਗਾਉਣੇ ਆ ਤਾਂ ਤੁਸੀਂ ਇਹਨਾਂ ਨੂੰ ਫੋਨ ਕਰਕੇ ਸਮਾਨ ਕਹਿ ਦਿਓ ਵੀ ਭਾਈ ਇੰਨਾ ਚਾਹੀਦਾ, ਤੁਹਾਡੇ ਖੇਤ ਦੇ ਵਿੱਚ ਆਜੂ, ਜਿਹੜਾ ਸਾਬਤਾ ਆਊਗਾ ਉਹ ਇਹਨਾਂ ਦਾ, ਜੇ ਜਿਹੜਾ ਟੁੱਟ ਗਿਆ ਉਹ ਸਾਡਾ, ਉਹ ਵੀ ਤੁਹਾਡੇ ਜੁੰਮੇ ਨਹੀਂ ਪੈਣਾ। ਮਤਲਬ ਕਹਿਣ ਤੋਂ ਭਾਵ ਜਿਹੜਾ ਸਾਬਤ ਆਊਗਾ ਉਹ ਤੁਹਾਡਾ, ਟੁੱਟ ਗਿਆ ਹੋਏ। ਪਹਿਲੀ ਗੱਲ ਟੁੱਟਦੀ ਨਹੀਂ, ਪਰਮਾਤਮਾ ਦੀ ਐਡੀ ਕਿਰਪਾ ਜੀ, ਸੰਤ ਬਾਬੂ ਰਾਮ ਮੁਨੀ ਦੀ ਸਾਡੇ 'ਤੇ ਵੀ ਟੁੱਟਣ ਦਿੰਦੀ ਨਹੀਂ ਮਹਾਰਾਜ, ਸਾਡਾ ਇੰਨੀ ਸ਼ਕਤੀ ਵਾਲੇ। ਸ਼ੁਕਰ ਆ, ਸ਼ੁਕਰ ਆ, ਸ਼ੁਕਰ ਆ। ਅਤੇ ਲੈ ਵੀ ਸੱਜਣੋ, ਬੰਦੇ ਭਰੋਸੇ ਵਾਲੇ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਮੇਰੇ ਨਾਲ ਬਾਈ ਹੁਣਾਂ ਦਾ ਵਰਤਾਵਾ, ਬਾਈ ਗੁਲਜ਼ਾਰੀ ਮੂਨਕਾਲੇ ਦੇ ਉੱਥੇ ਮਿਲੇ ਸੀ ਅਸੀਂ, ਉਸ ਤੋਂ ਬਾਅਦ ਸਾਡੀ ਆਪਣੀ ਲਿਹਾਜ ਪੈ ਗਈ ਅਤੇ ਅਸੀਂ ਆਪਸ ਵਿੱਚ ਮਿੱਤਰ ਵੀ ਹਾਂ। ਬਹੁਤ ਬਹੁਤ ਵਿਸ਼ਵਾਸ ਵਾਲੇ, ਭਰੋਸੇ ਵਾਲੇ ਬੰਦੇ ਆ, ਮਤਲਬ ਐਵੇਂ ਨਹੀਂ ਗੱਲਬਾਤ ਵੀ ਕਿਸੇ ਤੋਂ 20,000 ਰੁਪਈਆ 30,000 ਪਵਾ ਲਏ ਅਤੇ ਉਦੋਂ ਬਾਅਦ ਅਗਲੇ ਦਾ ਫੋਨ ਹੀ ਨਹੀਂ ਚੱਕਣਾ, ਉਵੇਂ ਨਹੀਂ ਗੱਲ। ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀ ਦੇ ਸਕਦੇ ਹਾਂ, ਬਹੁਤ ਵਧੀਆ ਬੰਦੇ, ਖਾਨਦਾਨੀ ਬੰਦੇ ਆ। ਜਿਉਂਦੇ ਰਹੋ। ਧੰਨਵਾਦ ਸਰ।